ਗੱਲ ਆਸਟ੍ਰੇਲੀਆ ਦੀ ਕਰਨ ਜਾ ਰਹੇ ਹਾਂ ਤੇ ਹੁਣ ਕਿਵੇਂ ਤੁਸੀਂ ਅਪਲਾਈ ਕਰੋ ਕਿ ਤੁਹਾਡਾ ਵੀਜ਼ਾ ਸਕਸੈਸਫੁਲੀ ਤੁਸੀਂ ਹਾਸਲ ਕਰ ਸਕੋ ਜਦੋਂ ਕਿ ਅਸੀਂ ਸਥਿਤੀਆਂ ਦੀ ਗੱਲ ਕਰੀਏ ਤਾਂ ਆਸਟ੍ਰੇਲੀਆ ਕਾਫੀ ਸਟ੍ਰਿਕਟ ਨਜ਼ਰ ਆ ਰਿਹਾ ਹੈ ਕੁਝ ਤਾਂ ਸਟੂਡੈਂਟ ਜਿਹੜੇ ਜੈਨੂਨ ਵੇ ਦੇ ਨਾਲ ਅਪਲਾਈ ਨਹੀਂ ਕਰ ਰਹੇ ਉਹਨਾਂ ਤੇ ਸਟ੍ਰਿਕਟ ਹੈ ਫੇਕ ਡਾਕੂਮੈਂਟਸ ਲਗਾ ਰਹੇ ਨੇ ਉਹਨਾਂ ਤੇ ਸਟ੍ਰਿਕਟ ਹੈ ਦੂਜਾ ਜਿਹੜੇ ਆਪਣੇ ਪੜ੍ਹਾਈ ਕੰਟੀਨਿਊ ਨਾ ਕਰਦੇ ਹੋਏ ਜ਼ਿਆਦਾ ਫੋਕਸ ਕੰਮ ਤੇ ਕਰ ਰਹੇ ਨੇ ਪੜ੍ਹਾਈਆਂ ਛੱਡ ਰਹੇ ਨੇ ਉਸ ਕਰਕੇ ਵੀ ਆਸਟ੍ਰੇਲੀਆ ਸਟ੍ਰਿਕਟ ਨਜ਼ਰ ਆ ਰਿਹਾ ਸੋ ਕਿਵੇਂ ਸਹੀ ਢੰਗ ਦੇ ਨਾਲ ਤੁਸੀਂ ਅੱਗੇ ਵਧੋ ਜੈਨੂਨ ਵੇ ਦੇ ਨਾਲ ਅਪਲਾਈ ਕਰਦੇ ਹੋਏ ਸਟੱਡੀ ਵੀਜ਼ਾ ਹਾਸਲ ਕਰੋ ਤੇ ਅੱਗੋਂ ਆਪਣੇ ਫਿਊਚਰ ਦੀ ਵਧੀਆ ਸੈਟਲਮੈਂਟ ਤੁਸੀਂ ਕਰ ਸਕਦੇ ਹੋ ਇਸੇ ਦੇ ਉੱਪਰ ਅੱਜ ਦੀ ਵੀਡੀਓ ਰਹਿਣ ਵਾਲੀ ਹੈ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਤੇ ਮੈਂ ਹਾਂ ਹਰਜੋਤ ਕੌਰ ਤੇ ਅੱਜ ਇੱਕ ਖਾਸ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨਗੇ ਜੀਟੀ ਵੀਜ਼ਾ ਤੋਂ ਅਬਰਾਡ ਐਜੂਕੇਸ਼ਨ ਐਡਵਾਈਜ਼ਰ ਹਰਪ੍ਰੀਤ ਕੌਰ ਸਾਡੇ ਨਾਲ ਨੇ ਬਹੁਤ ਬਹੁਤ ਸਵਾਗਤ ਹੈ ਹਰਪ੍ਰੀਤ ਸਤਿ ਸ਼੍ਰੀ ਅਕਾਲ ਜੀ ਸੋ ਹਰਪ੍ਰੀਤ ਤੁਹਾਡੇ ਕੋਲ ਵੀ ਸਟੂਡੈਂਟਸ ਦੇ ਬਹੁਤ ਸਾਰੇ ਸਵਾਲ ਤਾਂ ਆਉਂਦੇ ਹੀ ਹੋਣੇ ਕਿਉਂਕਿ ਜਿਸ ਤਰ੍ਹਾਂ ਨਾਲ ਆਸਟ੍ਰੇਲੀਆ ਸਟ੍ਰਿਕਟ ਨਜ਼ਰ ਆ ਰਿਹਾ ਪਿਛਲੇ ਕਾਫੀ ਸਮੇਂ ਤੋਂ ਪਹਿਲਾਂ ਜੀਟੀ ਅਪਡੇਸ਼ਨ ਦੀ ਗੱਲ ਕਰ ਲਈਏ ਰੀਸੈਂਟ ਪਾਸ ਆਊਟ ਸਟੂਡੈਂਟ ਹੀ ਜੋ ਹੈ ਲਿਆ ਜਾ ਰਿਹਾ ਸੀ ਤੇ ਹੁਣ ਜੇ ਅਸੀਂ ਗੱਲ ਕਰ ਲਈਏ ਬਹੁਤ ਸਾਰੀ ਕੁਝ ਯੂਨੀਵਰਸਿਟੀ ਸਟ੍ਰਿਕਟ ਹੋ ਚੁੱਕੀਆਂ ਨੇ ਸਾਡੇ ਪੰਜਾਬ ਹਰਿਆਣਾ ਦੇ ਜਿਹੜੇ ਸਟੂਡੈਂਟਸ ਨੇ ਸਟੇਟ ਬੋਰਡ ਦੀ ਅਸੀਂ ਗੱਲ ਕਰ ਲਈਏ ਤਾਂ ਕਿਵੇਂ ਦੇਖਦੇ ਹੋ ਕਿਸ ਤਰ੍ਹਾਂ ਦੀ ਪ੍ਰੋਫਾਈਲ ਨੂੰ ਕਿਸ ਤਰ੍ਹਾਂ ਦੇ ਸਟੂਡੈਂਟ ਨੂੰ ਵੀਜ਼ਾ ਹੁਣ ਮਿਲਣਾ ਆਸਾਨ ਲੱਗਦਾ ਹੈ ਬਿਲਕੁਲ ਜੇ ਮੈਂ ਕਰੰਟਲੀ ਰੂਲਸ ਦੇਖਾਂ ਇਸ ਟਾਈਮ ਦੇ ਉੱਤੇ ਜੋ ਇੰਪਲੀਮੈਂਟ ਕਰ ਰਹੇ ਨੇ ਡਿਪਾਰਟਮੈਂਟ ਆਫ ਹੋਮ ਅਫੇਅਰਸ ਵੀ ਐਂਡ ਆਸਟ੍ਰੇਲੀਅਨ ਯੂਨੀਵਰਸਿਟੀਜ਼ ਵੀ ਕਿਉਂਕਿ ਇਹ ਬਹੁਤ ਜ਼ਿਆਦਾ ਕੰਸਰਨ ਵਾਲੀ ਚੀਜ਼ ਹੈ ਇਹ ਸਿਰਫ ਇੱਦਾਂ ਨਹੀਂ ਹੈ ਕਿ ਇੱਕਦਮ ਸੇ ਇੰਪਲੀਮੈਂਟ ਹੋਈਆਂ ਨੇ ਜਾਂ ਉਹਨਾਂ ਨੇ ਇੱਕਦਮ ਸੇ ਬੈਨ ਕਰਨਾ ਸ਼ੁਰੂ ਕਰਤਾ ਕੁਝ ਪਰਟੀਕੁਲਰ ਰੀਜਨਸ ਨੂੰ ਇੰਡੀਆ ਦੇ ਵਿੱਚ ਤਾਂ ਇਹ ਜੋ ਪਲੈਨਿੰਗ ਹੈ ਪਹਿਲਾਂ ਤੋਂ ਹੀ ਸਟਾਰਟ ਹੋ ਗਈ ਸੀਗੀ ਕਿਉਂਕਿ ਜਦੋਂ ਤੋਂ ਇਹਨਾਂ ਦੀ ਆਡਿਟਿੰਗ ਹੋਈ ਹੈ ਸਾਰੀ ਯੂਨੀਵਰਸਿਟੀਜ਼ ਦੀ ਐਂਡ ਡਿਪਾਰਟਮੈਂਟ ਆਫ ਹੋਮ ਅਫੇਅਰਸ ਦੀ ਜਿਹਦੇ ਵਿੱਚ ਕਿ ਬਹੁਤ ਸਾਰੀ ਚੀਜ਼ਾਂ ਨਿਕਲ ਕੇ ਆਈਆਂ ਕਿ ਕੁਝ ਸਟੂਡੈਂਟਸ ਜੋ ਹੈਗੇ ਨੇ ਆਪਣੀ ਜੋ ਇੱਥੋਂ ਇੰਡੀਆ ਤੋਂ ਸਟੱਡੀ ਕਰਨ ਲਈ ਜਾ ਰਹੇ ਸੀਗੇ ਐਂਡ ਪੰਜਾਬ ਹਰਿਆਣਾ ਦੇ ਸਟੂਡੈਂਟ ਸੀਗੇ ਉਹ ਸਟੂਡੈਂਟਸ ਆਪਣੀ ਯੂਨੀਵਰਸਿਟੀਜ਼ ਦੇ ਵਿੱਚ ਪੜ੍ਹ ਨਹੀਂ ਰਹੇ ਸੀਗੇ ਕੰਮ ਦੇ ਉੱਤੇ ਫੋਕਸ ਸੀਗਾ ਉਹਨਾਂ ਸਾਰਿਆਂ ਦਾ ਐਂਡ ਇੱਥੋਂ ਬਹੁਤ ਜ਼ਿਆਦਾ ਫੇਕ ਡਾਕੂਮੈਂਟਸ ਲਗਾਏ ਗਏ ਐਮਬੈਸੀ ਦੇ ਵਿੱਚ ਵੀ ਯੂਨੀਵਰਸਿਟੀਜ਼ ਦੇ ਵਿੱਚ ਵੀ ਜੋ ਕਿ ਯੂਨੀਵਰਸਿਟੀਜ਼ ਨੇ ਅੱਗੇ ਜਾ ਕੇ ਸੋਰੀ ਐਮਬੈਸੀ ਨੇ ਜੋ ਹੈਗੇ ਅੱਗੇ ਜਾ ਕੇ ਫੜ ਲਈਆਂ ਸੀਗੀਆਂ ਅਤੇ ਕਾਫੀ ਬੱਚਿਆਂ ਨੂੰ ਡਿਪੋਰਟ ਵੀ ਕੀਤਾ ਸੀਗਾ ਇਹ ਤਕਰੀਬਨ ਜੇ ਆਪਾਂ ਗੱਲ ਕਰੀਏ ਤਾਂ 2022 ਦੀ ਗੱਲ ਹੈ ਕਿ ਕਾਫੀ ਸਾਰੇ ਸਟੂਡੈਂਟਸ ਡਿਪੋਰਟ ਹੋਏ ਸੀਗੇ ਆਸਟ੍ਰੇਲੀਆ ਤੋਂ ਜਸਟ ਬਿਕੋਜ਼ ਆਫ ਫੇਕ ਡਾਕੂਮੈਂਟਸ ਅਤੇ ਇਹ ਸਾਰਾ ਜੋ ਤਕਰੀਬਨ ਇਹ ਸਭ ਚੀਜ਼ਾਂ ਜੋ ਚੱਲ ਰਹੀਆਂ ਨੇ ਮੇਜਰਲੀ ਦੇਖਿਆ ਜਾਏ ਤਾਂ 5 ਰੀਜਨਸ ਦੇ ਵਿੱਚ ਸਭ ਤੋਂ ਜ਼ਿਆਦਾ ਹੈਗੀਆਂ ਨੇ ਇਹਦੇ ਵਿੱਚ 5 ਰੀਜਨਸ ਆਉਂਦੇ ਨੇ ਆਪਣੇ ਇੰਡੀਆ ਦੇ ਪੰਜਾਬ ਹਰਿਆਣਾ ਗੁਜਰਾਤ ਉੱਤਰ ਪ੍ਰਦੇਸ਼ ਐਂਡ ਉੱਤਰਾਖੰਡ ਤਾਂ ਜੋ 5 ਰੀਜਨਸ ਹੈਗੇ ਨੇ ਇਹਨਾਂ 5 ਰੀਜਨਸ ਨੂੰ ਲੈ ਕੇ ਜੋ ਹੈਗਾ ਯੂਨੀਵਰਸਿਟੀ ਬਹੁਤ ਜ਼ਿਆਦਾ ਸਟ੍ਰਿਕਟ ਹੋ ਗਈ ਹੈ ਕਿਉਂਕਿ ਸਭ ਤੋਂ ਜ਼ਿਆਦਾ ਫੇਕ ਡਾਕੂਮੈਂਟਸ ਐਂਡ ਜੈਨੂਅਨ ਸਟੂਡੈਂਟ ਜੋ ਹੈਗੇ ਇਨ ਰੀਜਨਸ ਤੋਂ ਨਹੀਂ ਆ ਰਹੇ ਉਹਨਾਂ ਕੋਲ ਕਿਉਂਕਿ ਇੱਥੇ ਕੀ ਹੈ ਮਾਰਕੀਟ ਦੇ ਵਿੱਚ ਬਹੁਤ ਸਾਰੇ ਏਜੰਟਸ ਬੈਠੇ ਨੇ ਕਿ ਜੇ ਸਟੂਡੈਂਟ 2020 ਪਾਸ ਆਊਟ ਹੈ 2021 ਪਾਸ ਆਊਟ ਹੈ ਉਹਨਾਂ ਦੇ ਡਾਕੂਮੈਂਟਸ ਨੂੰ ਅਮੈਂਡ ਕਰਕੇ ਜੋ ਹੈ ਯੂਨੀਵਰਸਿਟੀ ਦੇ ਵਿੱਚ ਦਿਖਾਇਆ ਜਾ ਰਿਹਾ ਜੇ ਕੋਈ 21 ਪਾਸ ਆਊਟ ਹੈ ਤਾਂ ਉਹਨਾਂ ਨੂੰ 22 ਪਾਸ ਆਊਟ ਕਰਕੇ ਯੂਨੀਵਰਸਿਟੀਜ਼ ਦੇ ਵਿੱਚ ਦਿਖਾਇਆ ਜਾ ਰਿਹਾ ਜਿਹਦੇ ਕਰਕੇ ਕਿ ਯੂਨੀਵਰਸਿਟੀਜ਼ ਨੇ ਡਾਕੂਮੈਂਟੇਸ਼ਨ ਨੂੰ ਫੜਨਾ ਸ਼ੁਰੂ ਕਰਤਾ ਅਤੇ ਉਹਨਾਂ ਨੇ ਇਹ ਪਰਟੀਕੁਲਰ ਰੀਜਨ ਜੋ ਹੈਗੇ ਨੇ ਉਹਨਾਂ ਨੇ ਬੈਨ ਕਰਨੇ ਸ਼ੁਰੂ ਕਰਤੇ ਹੋਏ ਨੇ ਜਸਟ ਬਿਕੋਜ਼ ਕਿਉਂਕਿ ਦੇਖੋ ਕੋਈ ਵੀ ਯੂਨੀਵਰਸਿਟੀ ਹੈਗੀ ਉਹ ਇਹ ਨਹੀਂ ਚਾਹੂਗੀ ਕਿ ਜੋ ਸਟੂਡੈਂਟ ਉਹਦਾ ਵੀਜ਼ਾ ਰਿਫਿਊਜ਼ ਹੋਵੇ ਕਿਸੇ ਵੀ ਵਜ੍ਹਾ ਤੋਂ ਤਾਂ ਇਸ ਲਈ ਉਹਨਾਂ ਦਾ ਮੇਨ ਫੋਕਸ ਇਹੀ ਹੈ ਕਿ ਉਹਨਾਂ ਕੋਲ ਜੋ ਵੀ ਸਟੂਡੈਂਟ ਆਏ ਜੈਨੂਅਨ ਸਟੂਡੈਂਟ ਆਏ ਜਿਹਦੇ ਕੋਲ ਕਿ ਆਪਣਾ ਆਇਲਸ ਜਾਂ PT ਵੀ ਜੈਨੂਅਨ ਹੋਵੇ ਤਾਂ ਉਹਦੇ ਅਕੈਡਮਿਕਸ ਵੀ ਜੈਨੂਅਨ ਹੋਣ ਤਾਂ ਆਪਾਂ ਬਹੁਤ ਚੀਜ਼ਾਂ ਦੇਖੀਆਂ ਨੇ ਬੱਚੇ ਆਪਣੇ ਡਾਕੂਮੈਂਟਸ ਬਣਵਾਉਂਦੇ ਨੇ ਅਕੈਡਮਿਕਸ ਬਣਵਾਉਂਦੇ ਨੇ ਬਿਲਕੁਲ ਗਲਤ ਚੀਜ਼ ਹੈ ਕਿਉਂਕਿ ਇੱਦਾਂ ਨਾ ਸੋਚੋ ਕਿ ਯੂਨੀਵਰਸਿਟੀ ਨੂੰ ਨਹੀਂ ਪਤਾ ਲੱਗਦਾ ਜਾਂ ਐਮਬੈਸੀ ਨੂੰ ਨਹੀਂ ਪਤਾ ਲੱਗਦਾ ਇਹ ਇਸ ਟਾਈਮ ਦੇ ਉੱਤੇ ਜਿਸ ਟਾਈਮ ਦੇ ਵਿੱਚ ਆਪਾਂ ਰਹਿ ਰਹੇ ਹਾਂ ਇਸ ਟਾਈਮ ਦੇ ਉੱਤੇ ਟੈਕਨੋਲੋਜੀ ਇੰਨੀ ਜ਼ਿਆਦਾ ਵੱਧ ਚੁੱਕੀ ਹੈ ਕਿ ਡਾਕੂਮੈਂਟੇਸ਼ਨ ਜੋ ਹੈਗੇ ਈਜ਼ੀਲੀ ਫੜੇ ਜਾਂਦੇ ਨੇ ਆਰਟੀਫਿਸ਼ਲ ਇੰਟੈਲੀਜੈਂਸ ਜੋ ਹੈਗੀ ਆਸਟ੍ਰੇਲੀਆ ਐਮਬੈਸੀ ਦੀ ਐਂਡ ਯੂਨੀਵਰਸਿਟੀਜ਼ ਦੀ ਕਾਫੀ ਜ਼ਿਆਦਾ ਤੇਜ਼ ਹੋ ਚੁੱਕੀ ਹੈ ਜਿਹਦੇ ਕਰਕੇ ਕਿ ਉਹਨਾਂ ਨੂੰ ਅਕੈਡਮਿਕਸ ਪਕੜਨੇ ਬਹੁਤ ਈਜ਼ੀ ਹੋ ਗਏ ਨੇ ਆਇਲਸ PT ਪਕੜਨੇ ਬਹੁਤ ਈਜ਼ੀ ਹੋ ਗਏ ਨੇ ਤਾਂ ਟਰਾਈ ਕਰੋ ਕਿ ਜੋ ਵੀ ਸਟੂਡੈਂਟ ਅਪਲਾਈ ਕਰ ਰਿਹਾ ਚਾਹੇ ਪੰਜਾਬ ਤੋਂ ਹੋਵੇ ਚਾਹੇ ਹਰਿਆਣਾ ਤੋਂ ਹੋਵੇ ਉੱਤਰ ਪ੍ਰਦੇਸ਼ ਉੱਤਰਾਖੰਡ ਜਾਂ ਗੁਜਰਾਤ ਦੇ ਸਟੂਡੈਂਟਸ ਆਪਣੇ ਪ੍ਰੋਪਰ ਜੈਨੂਅਨ ਡਾਕੂਮੈਂਟਸ ਲਗਾਓ ਜੇ ਤੁਸੀਂ ਆਸਟ੍ਰੇਲੀਆ ਲਈ ਐਲੀਜੀਬਲ ਨਹੀਂ ਹੈਗੇ ਤਾਂ ਮੈਂ ਇਹੀ ਬੋਲੂੰਗੀ ਕਿ ਤੁਸੀਂ ਕਿਸੇ ਹੋਰ ਕੰਟਰੀ ਦੇ ਵਿੱਚ ਅਪਲਾਈ ਕਰੋ ਸੋ ਦੈਟ ਕਿ ਤੁਹਾਡਾ ਜੋ ਆਪਣਾ ਕਰੀਅਰ ਹੈਗਾ ਉਹ ਖਰਾਬ ਨਾ ਹੋਵੇ ਅਤੇ ਤੁਹਾਡਾ ਪੈਸਾ ਵੀ ਖਰਾਬ ਨਾ ਹੋਵੇ ਤਾਂ ਜੇ ਤੁਸੀਂ ਐਲੀਜੀਬਲ ਨਹੀਂ ਹੈਗੇ ਆਸਟ੍ਰੇਲੀਆ ਲਈ ਆਪਣਾ ਪੈਸਾ ਵੇਸਟ ਨਾ ਕਰੋ ਆਪਣਾ ਟਾਈਮ ਨਾ ਵੇਸਟ ਕਰੋ ਅਤੇ ਆਪਣਾ ਕਿਸੇ ਹੋਰ ਯੂਨੀਵਰਸਿਟੀ ਕਿਸੇ ਹੋਰ ਕੰਟਰੀ ਲਈ ਤੁਸੀਂ ਅਪਲਾਈ ਕਰ ਸਕਦੇ ਹੋ ਜਿੱਥੇ ਲਈ ਤੁਹਾਡੀ ਪ੍ਰੋਫਾਈਲ ਜੋ ਹੈ ਐਲੀਜੀਬਲ ਹੋਵੇ ਬਿਲਕੁਲ ਸਹੀ ਤੁਸੀਂ ਗੱਲ ਕਹੀ ਹੈ ਕਿਉਂਕਿ ਜਿਹੜੇ ਸਟੂਡੈਂਟਸ ਫੇਕ ਡਾਕੂਮੈਂਟਸ ਲਗਾਉਂਦੇ ਨੇ ਉਹਨਾਂ ਦੇ ਚੱਕਰ ਵਿੱਚ ਜਿਹੜੇ ਵਾਕਈ ਜੈਨੂਅਨ ਸਟੂਡੈਂਟ ਹੈ ਆਸਟ੍ਰੇਲੀਆ ਜਾ ਕੇ ਆਪਣੀ ਪੜ੍ਹਾਈ ਵਧੀਆ ਢੰਗ ਨਾਲ ਕਰਨਾ ਚਾਹੁੰਦੇ ਨੇ ਉਹ ਵੀ ਜੋ ਹੈ ਸਟ੍ਰਿਕਨੈਸ ਦੇ ਘੇਰੇ ਵਿੱਚ ਆ ਜਾਂਦੇ ਨੇ ਸੋ ਹਰਪ੍ਰੀਤ ਇੱਥੇ ਮੈਂ ਉਸ ਜੈਨੂਅਨ ਸਟੂਡੈਂਟ ਦੀ ਗੱਲ ਕਰਨਾ ਚਾਹੂੰਗੀ ਉਹ ਜੈਨੂਅਨ ਸਟੂਡੈਂਟ ਖੁਦ ਨੂੰ ਕਿਵੇਂ ਰੀਪ੍ਰਜੈਂਟ ਕਰੇ ਅੰਬੈਸੀ ਅੱਗੇ ਯੂਨੀਵਰਸਿਟੀਜ਼ ਅੱਗੇ ਕਿ ਉਸਦਾ ਫਿਊਚਰ ਸਿਕਿਓਰ ਰਹੇ ਅਤੇ ਜਿਹੜਾ ਸਟ੍ਰਿਕਨੈਸ ਜਿਹੜੀ ਇੰਨੀ ਜ਼ਿਆਦਾ ਹੋ ਰਹੀ ਹੈ
ਬਿਲਕੁਲ ਜੇ ਦੇਖਿਆ ਜਾਵੇ ਤਾਂ ਇਸ ਟਾਈਮ ਦੇ ਉੱਤੇ ਆਸਟ੍ਰੇਲੀਆ ਨੇ ਸਾਰੀ ਯੂਨੀਵਰਸਿਟੀਜ਼ ਨੇ ਜੋ ਹੈਗਾ ਉਹਨਾਂ ਨੂੰ 5 ਰੀਜਨਸ ਨੂੰ ਜਿਹੜਾ ਬੈਨ ਨਹੀਂ ਕੀਤਾ, ਸਿਰਫ ਕੁਝ ਕੁ ਯੂਨੀਵਰਸਿਟੀਜ਼ ਹੀ ਹੈਗੀਆਂ ਜਿਨ੍ਹਾਂ ਨੇ ਬੈਨ ਕੀਤਾ, ਜਿਨ੍ਹਾਂ ਦੇ ਵਿੱਚੋਂ ਟੋਰੈਂਸ ਯੂਨੀਵਰਸਿਟੀ ਆ ਗਈ, ਵਿਕਟੋਰੀਆ ਆ ਗਈ, ਯੂਨੀਵਰਸਿਟੀ ਆਫ ਵੋਲੋਂਗੋਂਗ ਆ ਗਈ ਹੈ, ਸਰਦਰਨ ਕ੍ਰੋਸ ਯੂਨੀਵਰਸਿਟੀ, ਤਾਂ ਇੱਦਾਂ ਦੀ ਯੂਨੀਵਰਸਿਟੀਜ਼ ਹੈਗੀਆਂ ਨੇ ਜਿਨ੍ਹਾਂ ਨੇ ਕਿ ਪੰਜਾਬ, ਹਰਿਆਣਾ ਐਂਡ ਇਹ 5 ਰੀਜਨਸ ਜੋ ਹੈਗੇ ਨੇ ਇਹਨਾਂ ਨੂੰ ਬੈਨ ਕੀਤਾ। ਬਟ ਹੋਰ ਵੀ ਤੁਸੀਂ ਯੂਨੀਵਰਸਿਟੀ ਦੇ ਵਿੱਚ ਐਕਸਪਲੋਰ ਕਰ ਸਕਦੇ ਹੋ, ਬਹੁਤ ਸਾਰੀ ਯੂਨੀਵਰਸਿਟੀਜ਼ ਹੈਗੀਆਂ ਨੇ ਆਸਟ੍ਰੇਲੀਆ ਦੇ ਵਿੱਚ, ਉੱਥੇ ਤੁਸੀਂ ਆਪਣੀ ਐਡਮਿਸ਼ਨ ਲੈ ਸਕਦੇ ਹੋ। ਬਟ ਜਦੋਂ ਵੀ ਤੁਸੀਂ ਐਡਮਿਸ਼ਨ ਲੈ ਰਹੇ ਹੋ, ਆਪਣੇ ਪ੍ਰੋਪਰ ਡਾਕੂਮੈਂਟੇਸ਼ਨ ਦਿਓ, ਆਪਣੇ ਪਾਸਪੋਰਟ ਦਿਓ, ਆਇਲਸ ਐਂਡ ਜੇ ਤੁਸੀਂ ਆਪਣਾ PT ਕੀਤਾ ਤਾਂ ਉਹਨਾਂ ਦੇ ਲੋਗਿਨ ਕ੍ਰੀਡੈਂਸ਼ੀਅਲਸ ਦਿਓ, ਸੋ ਦੈਟ ਕਿ ਜੋ ਵੀ ਜਿਸ ਵੀ ਯੂਨੀਵਰਸਿਟੀ ਤੁਸੀਂ ਆਪਣੀ ਐਪਲੀਕੇਸ਼ਨ ਪਾ ਰਹੇ ਹੋ, ਤੁਹਾਡੀ ਜੈਨੂਇਨੈਸ ਨੂੰ ਦੇਖ ਸਕੇਗੀ, ਤੁਹਾਡੀ ਔਥੈਂਟਿਸਿਟੀ ਨੂੰ ਦੇਖ ਸਕੇ ਡਾਕੂਮੈਂਟ ਦੀ। ਐਂਡ ਤੁਸੀਂ ਆਪਣੇ 10th ਔਰ 12th ਦੇ ਰਹੇ ਹੋ ਤਾਂ ਤੁਸੀਂ ਉਹਦੇ ਡਿਜੀ ਲੋਕਰਸ ਪ੍ਰੋਵਾਈਡ ਕਰੋ, ਚਾਹੇ ਉਹ CBSE ਬੋਰਡ ਹੋਵੇ, ਚਾਹੇ ਉਹ ਪੰਜਾਬ ਸਟੇਟ ਬੋਰਡਸ ਹੋਣ, ਤਾਂ ਤੁਸੀਂ ਆਪਣੇ ਡਿਜੀ ਲੋਕਰਸ ਨੂੰ ਪ੍ਰੋਵਾਈਡ ਕਰੋ। ਐਂਡ ਜਿਨ੍ਹਾਂ ਸਟੂਡੈਂਟਸ ਨੇ ਬੈਚਲਰ ਕੀਤੀ ਹੈ ਜਾਂ ਮਾਸਟਰਸ ਕੀਤੀ ਹੈ, ਟਰਾਈ ਕਰੋ ਕਿ ਆਪਣੇ ਵੈਰੀਫਿਕੇਸ਼ਨਸ ਲਿੰਕ ਦਿਓ, ਜਿੱਥੇ ਜਾ ਕੇ ਤੁਹਾਡੀ ਜੋ ਹੈ ਡਾਕੂਮੈਂਟਸ ਜੋ ਵੈਰੀਫਾਈ ਹੋ ਸਕਣ, ਕਿਉਂਕਿ ਮੇਨ ਚੀਜ਼ ਪਰਪਸ ਇਹੀ ਹੈ ਕਿ ਯੂਨੀਵਰਸਿਟੀ ਨੂੰ ਇਹੀ ਚਾਹੀਦਾ ਕਿ ਤੁਹਾਡੇ ਜੋ ਡਾਕੂਮੈਂਟ ਹੈ ਉਹ ਸਿਰਫ ਔਥੈਂਟਿਕ ਡਾਕੂਮੈਂਟਸ ਹੋਣ, ਜੈਨੂਅਨ ਡਾਕੂਮੈਂਟਸ ਹੋਣ, ਕੋਈ ਫੇਕ ਡਾਕੂਮੈਂਟ ਨਾ ਹੋਵੇ, ਕਿਉਂਕਿ ਸਭ ਤੋਂ ਜ਼ਿਆਦਾ ਫੇਕ ਡਾਕੂਮੈਂਟ ਸਿਰਫ ਅਕੈਡਮਿਕਸ ਦੇ ਵਿੱਚ ਹੀ ਚੱਲ ਰਿਹਾ। ਐਂਡ ਸਭ ਤੋਂ ਜ਼ਿਆਦਾ ਜੋ ਮੇਜਰ ਅਮੈਂਡਮੈਂਟਸ ਹੋ ਰਹੀਆਂ ਅਕੈਡਮਿਕਸ ਨੂੰ ਲੈ ਕੇ ਹੀ ਹੋ ਰਹੀਆਂ ਨੇ, ਤਾਂ ਤੁਸੀਂ ਆਪਣੇ ਅਕੈਡਮਿਕਸ ਦੀ ਵੈਰੀਫਿਕੇਸ਼ਨ ਡਾਕੂਮੈਂਟ, ਵੈਰੀਫਿਕੇਸ਼ਨ ਲਿੰਕਸ ਤੁਸੀਂ ਆਪਣੀ ਯੂਨੀਵਰਸਿਟੀ ਦੇ ਵਿੱਚ ਐਪਲੀਕੇਸ਼ਨ ਦੇ ਟਾਈਮ 'ਤੇ ਦਿਓ। ਐਂਡ ਉਸ ਤੋਂ ਬਾਅਦ ਯੂਨੀਵਰਸਿਟੀਜ਼ ਵੀ ਤੁਹਾਡਾ ਇੰਟਰਵਿਊ ਲੈ ਰਹੀਆਂ ਨੇ, ਕਿਉਂਕਿ ਇਹਨਾਂ 5 ਰੀਜਨਸ ਲਈ ਆਲਰੇਡੀ ਸਟ੍ਰਿਕਟ ਹੈਗੀਆਂ ਨੇ, ਤਾਂ ਉਹਨਾਂ ਨੇ ਇੰਟਰਵਿਊਜ਼ ਲੈਣੇ ਸ਼ੁਰੂ ਕਰ ਦਿੱਤੇ ਹੋਏ ਨੇ, ਤਾਂ ਤੁਸੀਂ ਆਪਣੇ ਇੰਟਰਵਿਊ ਦੀ ਤਿਆਰੀ ਇਨੀਸ਼ੀਅਲ ਰੱਖੋ, ਅਤੇ ਆਪਣੇ ਇੰਟਰਵਿਊ ਦੇ ਵਿੱਚ ਤੁਸੀਂ ਆਪਣੇ ਵੈਲਿਡ ਪੁਆਇੰਟਸ ਰੱਖੋ ਕਿ ਤੁਸੀਂ ਆਸਟ੍ਰੇਲੀਆ ਜਾ ਕੇ ਕਿਉਂ ਪੜ੍ਹਨਾ, ਕਿਉਂਕਿ ਉਹਨਾਂ ਦਾ ਮੇਨ ਮੋਟਿਵ ਇਹੀ ਹੋਏਗਾ। ਜੇ ਤੁਹਾਡੇ ਡਾਕੂਮੈਂਟ ਜੈਨੂਅਨ ਹੈਗੇ ਨੇ, ਤਾਂ ਉਸ ਤੋਂ ਬਾਅਦ ਤੁਹਾਡੇ ਇੰਟਰਵਿਊ ਦੇ ਵਿੱਚ ਇਹੀ ਪੁੱਛਣਗੇ ਕਿ ਤੁਸੀਂ ਆਸਟ੍ਰੇਲੀਆ ਕਿਉਂ ਪੜ੍ਹਨਾ, ਤੁਹਾਨੂੰ ਪਰਟੀਕੁਲਰ ਯੂਨੀਵਰਸਿਟੀ ਦੇ ਵਿੱਚ ਪੜ੍ਹ ਕੇ ਕੀ ਫਾਇਦਾ ਮਿਲੂਗਾ, ਪਰਟੀਕੁਲਰ ਕੋਰਸ ਨੂੰ ਪੜ੍ਹ ਕੇ ਕੀ ਫਾਇਦਾ ਮਿਲੂਗਾ। ਦੈਨ ਤੁਸੀਂ ਕੋਰਸ, ਪਰਟੀਕੁਲਰ ਕੋਰਸ ਕਰਨ ਤੋਂ ਬਾਅਦ ਤੁਸੀਂ ਆਪਣੀ ਕਰੀਅਰ ਦੇ ਵਿੱਚ ਕੀ ਕਰਨਾ ਚਾਹੁੰਦੇ ਹੋ, ਜਾਂ ਤੁਹਾਨੂੰ ਜਦੋਂ ਵਾਪਸ ਇੰਡੀਆ ਦੇ ਵਿੱਚ ਆਓਗੇ ਤਾਂ ਤੁਹਾਨੂੰ ਸਟੱਡੀ ਦਾ ਕੀ ਫਾਇਦਾ ਹੋਏਗਾ ਤੁਹਾਡੀ ਆਪਣੀ ਕੰਟਰੀ ਦੇ ਵਿੱਚ, ਤਾਂ ਇਹ ਸਾਰੀ ਚੀਜ਼ਾਂ ਨੂੰ ਤੁਸੀਂ ਇਨੀਸ਼ੀਅਲ ਸਟੇਜ 'ਤੇ ਪੜ੍ਹਨਾ ਸ਼ੁਰੂ ਕਰ ਦਿਓ। ਐਂਡ ਆਪਣੇ ਜੈਨੂਅਨ ਜਦੋਂ ਵੀ ਤੁਹਾਡਾ ਵੀਜ਼ਾ ਲੱਗਦਾ, ਜੇ ਸਪੋਜ਼ ਕਰੋ ਕਿਸੇ ਦਾ ਵੀਜ਼ਾ ਲੱਗ ਵੀ ਗਿਆ, ਤਾਂ ਸਟੂਡੈਂਟ ਜੋ ਹੈਗਾ ਆਪਣਾ ਜੋ ਲੀਗਲੀ ਆਪਣਾ ਸਟੱਡੀ ਕਰਦਾ ਰਹੇ, ਕੋਈ ਵੀ ਕਾਲਜ ਕੋਰਸ ਜਾਂ ਇਹ ਸਭ ਚੀਜ਼ਾਂ ਨੂੰ ਚੇਂਜ ਕਰਨ ਦੇ ਵਿੱਚ ਨਾ ਪਵੇ, ਆਪਣਾ ਲੀਗਲੀ ਪੜ੍ਹ ਕੇ ਆਪਣਾ ਪੋਸਟ ਸਟੱਡੀ ਵਰਕ ਪਰਮਿਟ ਲੈਣ, ਉਸ ਤੋਂ ਬਾਅਦ ਆਪਣਾ PR ਅਪਲਾਈ ਕਰੇ। ਜੀ, ਲਾਸਟ ਵਿੱਚ ਇੱਕ ਹਰਪ੍ਰੀਤ ਛੋਟਾ ਜਿਹਾ ਸਵਾਲ ਕਰਨਾ ਚਾਹੂੰਗੀ, 22 ਪਾਸ ਆਊਟ ਸਟੂਡੈਂਟ ਨੂੰ ਤੁਸੀਂ ਕੀ ਸੁਜੈਸਟ ਕਰਦੇ ਹੋ, ਨਵੰਬਰ ਇਨਟੇਕ ਅਪਲਾਈ ਕਰਨ ਜਾਂ ਕਿਸੇ ਹੋਰ ਕੰਟਰੀ ਵੱਲ ਦੇਖਣ? ਬਿਲਕੁਲ, ਜੋ 2022 ਪਾਸ ਆਊਟ ਵਾਲੇ ਹੈਗੇ ਨੇ, ਹਜੇ ਵੀ ਤੁਸੀਂ ਆਪਣਾ ਨਵੰਬਰ ਇਨਟੇਕ ਲਈ ਅਪਲਾਈ ਕਰ ਸਕਦੇ ਹੋ, ਬਟ ਜੇ ਉਸ ਤੋਂ ਬਾਅਦ ਅਪਲਾਈ ਕਰੋਗੇ ਤਾਂ ਗੈਪ ਜਸਟੀਫਿਕੇਸ਼ਨ ਤੁਹਾਨੂੰ ਪ੍ਰੋਵਾਈਡ ਕਰਨੀ ਪਊਗੀ, ਕਿਉਂਕਿ ਜਿੱਦਾਂ ਮੈਂ ਲਾਸਟ ਬੋਲਿਆ ਸੀ ਕਿ ਆਸਟ੍ਰੇਲੀਆ ਦੇ ਵਿੱਚ ਜੇ ਸਟੱਡੀ ਤੋਂ 6 ਮੰਥ ਬਾਅਦ 6 ਮੰਥ ਦਾ ਗੈਪ ਪੈ ਜਾਵੇ, ਤਾਂ ਉਸ ਤੋਂ ਬਾਅਦ ਤੁਹਾਨੂੰ ਗੈਪ ਜਸਟੀਫਿਕੇਸ਼ਨ ਦੇਣੀ ਪੈਂਦੀ ਹੈ। ਤਾਂ ਜੋ ਸਟੂਡੈਂਟ 2022 ਪਾਸ ਆਊਟ ਵਾਲੇ ਨੇ, ਹੁਣੇ ਹੀ ਅਪਲਾਈ ਕਰਨ, ਸੋ ਦੈਟ ਕਿ ਤੁਹਾਡਾ ਗੈਪ ਜ਼ਿਆਦਾ ਨਾ ਪਵੇ। ਐਂਡ ਜੇ ਤੁਸੀਂ ਉਸ ਤੋਂ ਬਾਅਦ ਅਪਲਾਈ ਕਰ ਰਹੇ ਹੋ, ਤਾਂ ਮੈਂ ਇਹੀ ਸੁਜੈਸਟ ਕਰੂੰਗੀ ਕਿ ਤੁਸੀਂ ਕਿਸੇ ਹੋਰ ਕੰਟਰੀ ਦਾ ਆਪਸ਼ਨ ਲੈ ਕੇ ਚੱਲੋ, ਜਾਂ ਆਪਣਾ ਇੰਡੀਆ ਦੇ ਵਿੱਚ ਹੀ ਆਪਣੀ ਗ੍ਰੈਜੂਏਸ਼ਨ ਕੰਪਲੀਟ ਕਰਕੇ ਜਾਂ ਗ੍ਰੈਜੂਏਸ਼ਨ 'ਚ ਐਡਮਿਸ਼ਨ ਲੈ ਕੇ ਕੰਪਲੀਟ ਕਰਕੇ ਉਸ ਤੋਂ ਬਾਅਦ ਆਸਟ੍ਰੇਲੀਆ ਅਪਲਾਈ ਕਰੋ। ਬਟ ਜ਼ਿਆਦਾ ਟਾਈਮ ਲੇਟ ਕਰੋਗੇ ਤਾਂ ਆਸਟ੍ਰੇਲੀਆ ਦਾ ਵੀਜ਼ਾ ਤੁਹਾਡਾ ਨਹੀਂ ਆਏਗਾ। ਜੀ, ਸੋ ਬਹੁਤ ਬਹੁਤ ਥੈਂਕਸ ਹਰਪ੍ਰੀਤ, ਆਈ ਹੋਪ ਕਿ ਅੱਜ ਦੀ ਇਹ ਸਾਰੀ ਜਾਣਕਾਰੀ ਜੋ ਹੈ ਸਟੂਡੈਂਟਸ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਰਹਿਣ ਵਾਲੀ ਹੈ। ਸਟੂਡੈਂਟਸ ਦਾ ਅਵੇਅਰ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ, ਇਹ ਸਾਰੀਆਂ ਚੀਜ਼ਾਂ, ਸਾਰੀਆਂ ਗੱਲਾਂ ਤੁਸੀਂ ਵੀ ਆਪਣੇ ਮਾਇੰਡ ਵਿੱਚ ਜ਼ਰੂਰ ਰੱਖਿਆ ਕਰੋ, ਅਤੇ ਬਾਕੀ ਅਸੀਂ ਤੁਹਾਡੇ ਲਈ ਹੋਰ ਇਨਫੋਰਮੇਟਿਵ ਵੀਡੀਓਜ਼ ਲੈ ਕੇ ਹਾਜ਼ਰ ਹੁੰਦੇ ਰਹਾਂਗੇ। ਫਿਲਹਾਲ ਲਈ ਦਿਓ ਜੀ ਇਜਾਜ਼ਤ, ਧੰਨਵਾਦ। ਸਤਿ ਸ਼੍ਰੀ ਅਕਾਲ ਜੀ।